ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗੀ ਜਨੋ, ਅੱਜ ਅਸੀਂ ਆਪ ਜੀ ਦੇ ਨਾਲ ਤਵਾਰੀਖ 15 ਭਗਤ, ਜੋ ਸਤਿਗੁਰੂ ਜੀ ਨੇ ਮਿਹਰ ਕਰਕੇ ਬਖਸ਼ਿਸ਼ ਕਰਕੇ ਇਹ ਪੁਸਤਕ ਦੀ ਸੇਵਾ ਲਈ ਹੈ, ਉਸ ਦੇ ਪ੍ਰਤੀ ਆਪ ਜੀ ਨਾਲ ਬਚਨਾਂ ਦੀ ਸਾਂਝ ਪਾਉਣੀ ਹੈ। 15 ਦੇ 15 ਭਗਤਾਂ ਦੇ ਆਪ ਜੀ ਨੂੰ ਦੀਦਾਰ ਕਰਾਉਣੇ ਹਨ ਕਿ 15 ਦੇ 15 ਭਗਤਾਂ ਦਾ ਸੰਸਾਰ ਵਿੱਚ ਕਦੋਂ ਆਉਣਾ ਹੋਇਆ, ਕਦੋਂ ਜਾਣਾ ਹੋਇਆ, ਔਰ ਉਹ ਭਗਤਾਂ ਦੀਆਂ ਕਿਹੜੀਆਂ ਕਿਹੜੀਆਂ ਮਹਾਨ ਦੇਣਾ ਸਨ। ਸੰਖੇਪਮੇ ਸ਼ਬਦਾਂ ਵਿੱਚ 15 ਭਗਤਾਂ ਦੇ ਆਪ ਜੀ ਨੂੰ ਦੀਦਾਰ ਕਰਾਉਣ ਦੀ ਇੱਛਾ ਹੈ। ਸਤਿਗੁਰੂ ਜੀ ਮਿਹਰ ਕਰਨ, ਬਖਸ਼ਿਸ਼ ਕਰਨ, ਤੁਹਾਡਾ ਸਾਡਾ ਸਾਥ ਇਵੇਂ ਜਿਕਣ ਬਣਿਆ ਰਹੇ। ਫਿਰ ਸਹਿਜੇ ਸਹਿਜੇ ਇੱਕ ਇੱਕ ਭਗਤ ਦੇ ਉੱਪਰ 5-5, 7-7, 10-10 ਐਪੀਸੋਡ ਤਿਆਰ ਕਰਕੇ ਆਪ ਜੀ ਨਾਲ ਸਾਂਝੇ ਕਰਾਂਗੇ। ਉਹਨਾਂ ਦੇ ਸੰਪੂਰਨ ਜੀਵਨ, ਭਗਤਾਂ ਦੇ ਕਦੋਂ ਉਹਨਾਂ ਨੇ ਪੜ੍ਹਾਈ ਕੀਤੀ, ਕਦੋਂ ਉਹ ਸੰਸਾਰ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਕਿਵੇਂ ਵਿਚਰਿਆ, ਭਗਤਾਂ ਦੇ ਵਿਆਹ ਹੋਏ, ਬੱਚੇ ਹੋਏ, ਪਰਿਵਾਰ ਹੋਏ, ਉਹਨਾਂ ਦੇ ਸੰਸਾਰ ਵਿੱਚ ਬਾਣੀ ਦੀ ਰਚਨਾ ਕਿਵੇਂ ਕੀਤੀ, ਇੱਕ ਇੱਕ ਬਚਨ ਆਪ ਜੀ ਨਾਲ ਫਿਰ ਲੜੀਵਾਰ ਸਾਂਝਾ ਕਰਾਂਗੇ। ਅੱਜ ਅਸੀਂ ਸੰਖੇਪਮੇ ਸ਼ਬਦਾਂ ਵਿੱਚ 15 ਭਗਤਾਂ ਦੇ ਆਪ ਜੀ ਨੂੰ ਦਰਸ਼ਨ ਕਰਾਉਣੇ ਹਨ। ਸਭ ਤੋਂ ਪਹਿਲੇ ਭਗਤ ਹੋਏ ਨੇ ਅਤਿ ਸਤਿਕਾਰਯੋਗ ਬਾਬਾ ਸ਼ੇਖ ਫਰੀਦ ਜੀ। ਬਾਬਾ ਸ਼ੇਖ ਫਰੀਦ ਜੀ ਦਾ ਪ੍ਰਕਾਸ਼ ਕਹਿ ਲਈਏ, ਜਨਮ ਕਹਿ ਲਈਏ, 5/4/1173 ਵਿੱਚ ਹੋਇਆ ਹੈ। ਇੱਥੇ ਇੱਕ ਵਚਨ ਦੀ ਸਾਂਝ ਪਾ ਕੇ ਫਿਰ ਮੈਂ ਅਗੇਤਰ ਵੱਲ ਚੱਲਾਂਗਾ। ਸਿੱਖ ਵਿਦਵਾਨ ਜਿਨ੍ਹਾਂ ਨੇ ਆਪਸ ਵਿੱਚ ਬਹੁਤ ਸਾਰੇ ਇਤਿਹਾਸਿਕ ਕਿਤਾਬਾਂ ਦੇ ਜ਼ਿਕਰ ਦਿੰਦਿਆਂ ਹੋਇਆਂ ਪਹਿਲੇ ਭਗਤ ਜੈਦੇਵ ਜੀ ਨੂੰ ਚੋਣਨਾ ਕੀਤਾ ਹੈ। ਜੈਦੇਵ ਜੀ ਦੇ ਪ੍ਰਤੀ ਜਦੋਂ ਅਸੀਂ ਇਤਿਹਾਸ ਵਿੱਚ ਬਹੁਤ ਸਾਰੀਆਂ ਨਜ਼ਰਾਂ ਪਾਈਆਂ, ਵੇਖਣੀਆਂ ਕੀਤੀਆਂ, ਤਾਂ ਉਹਦੇ ਵਿੱਚ ਇਹੀ ਸਾਰਾ ਸਿੱਖ ਵਿਦਵਾਨਾਂ ਦਾ ਲਿਖਿਆ ਹੋਇਆ ਮਿਲਦਾ ਸੀ ਕਿ 11ਵੀਂ ਸਦੀ ਦੇ ਅੱਧ ਵਿੱਚ, 12ਵੀਂ ਸਦੀ ਤੋਂ ਪਹਿਲੋ ਉਹ ਕੋਈ ਤਰੀਕ ਸਨ ਸੰਮਤ ਨਹੀਂ ਸੀ। ਇਸ ਵਾਸਤੇ ਜੈਦੇਵ ਜੀ ਦੀ ਜਿਹੜੀ ਅਸੀਂ ਤਰੀਕ ਲੱਭੀ ਹੈ, ਉਸ ਤਰੀਕ ਦੇ ਵਿੱਚੋਂ ਸਾਨੂੰ ਉਹਨਾਂ ਦੇ ਜਨਮ ਦੀ ਤਰੀਕ ਲੱਭੀ ਹੈ, 28/4/1175। ਅਸੀਂ ਇਸ ਨੂੰ ਸਨ ਸੰਮਤ ਨਾਲ ਲਿਖਦੇ ਹਾਂ। ਪੁਰਾਤਨ ਸਮਿਆਂ 'ਚ ਜਿਹੜੇ ਇਤਿਹਾਸ ਲਿਖੇ ਜਾਂਦੇ ਸਨ ਉਹ ਐਡਗੇ ਨਾਲ, ਉਹ ਅੰਦਾਜ਼ੇ ਲਗਾ ਕੇ ਲਿਖੇ ਜਾਂਦੇ ਸਨ। ਇਸ ਕਰਕੇ ਬਹੁਤ ਲੋਕ ਉਹਨਾਂ ਚੀਜ਼ਾਂ ਤੋਂ ਭੁਲੇਖਾ ਖਾ ਜਾਂਦੇ ਸਨ। ਇਸ ਵਾਸਤੇ ਅਸੀਂ ਆਪਣੀ ਲੜੀ ਵਿੱਚ ਸਭ ਤੋਂ ਉੱਤਮ, ਸਭ ਤੋਂ ਪਹਿਲੇ ਭਗਤ ਰੱਖੇ ਹੈ ਬਾਬਾ ਸ਼ੇਖ ਫਰੀਦ ਜੀ। ਉਹਨਾਂ ਦਾ ਜੋ ਜਨਮ ਹੋਇਆ ਹੈ, ਉਹ ਸੰਸਾਰ ਵਿੱਚ ਆਏ ਨੇ, ਉਹ 5/4/1173 ਵਿੱਚ ਆਏ ਨੇ, ਅਤੇ ਬਾਬਾ ਜੀ ਦਾ ਸੰਸਾਰ 'ਚੋਂ ਜਾਣਾ 10/10/1266 ਦਾ ਹੈ। 93 ਸਾਲ ਦੀ ਉਮਰ ਬਾਬਾ ਫਰੀਦ ਸਾਹਿਬ ਜੀ ਦੀ ਹੈ। ਬਾਬਾ ਫਰੀਦ ਸਾਹਿਬ ਜੀ ਦੀ ਆਰੰਭਤਾ ਵਿੱਚ ਮੈਂ ਘੱਟ ਸ਼ਬਦਾਂ ਵਿੱਚ ਹੀ ਗੱਲ ਦੱਸਣੀ ਚਾਹੁੰਦਾ ਹਾਂ। ਬਾਬਾ ਫਰੀਦ ਸਾਹਿਬ ਜੀ ਦੀ ਜਦੋਂ ਬਾਣੀ ਵੱਲ ਨਜ਼ਰ ਪਾਉਂਦੇ ਹਾਂ, ਸਾਰੇ ਹੀ ਵਿਦਵਾਨ ਆਖਦੇ ਹਨ ਜੀ 130 ਸਲੋਕ ਹਨ, ਪਰ ਆਪ ਜੀ ਦੇ ਜੋ ਸਲੋਕ ਹਨ ਉਹਨਾਂ ਵਿੱਚ ਬਾਣੀ ਜਦੋਂ ਅਸੀਂ ਨਜ਼ਰ ਪਾ ਕੇ ਵੇਖਦੇ ਹਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 4 ਸਲੋਕ ਹਨ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ 5 ਸਲੋਕ ਹਨ, ਔਰ ਸਤਿਕਾਰਯੋਗ ਗੁਰੂ ਰਾਮਦਾਸ ਮਹਾਰਾਜ ਜੀ ਦਾ 1 ਸਲੋਕ ਹੈ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 8 ਸਲੋਕ ਹਨ, ਬਾਬਾ ਫਰੀਦ ਸਾਹਿਬ ਜੀ ਦੇ ਕੇਵਲ 112 ਸਲੋਕ ਹਨ ਅਤੇ 4 ਸ਼ਬਦ ਹਨ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਜਦੋਂ ਅਸੀਂ ਆਰੰਭ ਕਰਦੇ ਹਾਂ ਤਾਂ ਉਹਨਾਂ ਦਾ ਜੀਵਨ ਦੀ ਆਰੰਭਤਾ ਹੁੰਦੀ ਹੈ ਸੰਨ 800
ਸੰਨ 872 ਤੋਂ, ਜਿਸ ਦੇ ਪ੍ਰਤੀ ਇਤਿਹਾਸ ਦੀ ਖੋਜ ਇਸ ਕਿਤਾਬ ਦੇ ਵਿੱਚ ਸੰਪੂਰਨ ਦਿੱਤੀ ਹੈ। 872 ਸੰਨ ਤੋਂ ਗੱਲ ਸ਼ੁਰੂ ਕਰਕੇ 1552 ਤੱਕ ਬਾਬਾ ਫਰੀਦ ਸਾਹਿਬ ਜੀ ਦੀ ਕਿਤਾਬ ਦੇ ਵਿੱਚ ਪੂਰਾ ਇਤਿਹਾਸ, 680 ਸਾਲ ਦਾ ਬਾਬਾ ਫਰੀਦ ਸਾਹਿਬ ਜੀ ਦਾ ਇਤਿਹਾਸ ਲਿਖਣਾ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਾਰੇ ਬਹੁਤ ਸਾਰੇ ਵਹਿਮ ਭਰਮ ਸਾਨੂੰ ਪਾਏ ਗਏ ਸਨ ਕਿ ਬਾਬਾ ਫਰੀਦ ਸਾਹਿਬ ਜੀ ਦੇ 4 ਵਿਆਹ ਹੋਏ ਨੇ। ਨਹੀਂ, ਬਾਬਾ ਫਰੀਦ ਸਾਹਿਬ ਜੀ ਦਾ ਇੱਕ ਹੀ ਵਿਆਹ ਹੋਇਆ ਹੈ, ਬੀਬੀ ਹਜ਼ਬਰਾ ਜੀ ਦੇ ਨਾਲ। ਅਸੀਂ ਸਾਰੀ ਤਵਾਰੀਖ ਨੂੰ ਵਿੱਚੋਂ ਲੈ ਕੇ ਪੂਰੇ ਦਾ ਪੂਰਾ ਉਹਦਾ ਮੁਤਾਲਾ ਕਿਤਾਬ 'ਚ ਕੀਤਾ ਹੈ। ਜਦੋਂ ਅੱਗੇ ਕਿਤਾਬ ਦੀ ਲੜੀਵਾਰ ਵਿਚਾਰ ਚੱਲੇਗੀ, ਫਿਰ ਉਹਦੇ ਵਿੱਚ ਅਸੀਂ ਹੋਰ ਇਹਦੇ ਖੁਲਾਸੇ ਕਰਾਂਗੇ। ਬਾਬਾ ਫਰੀਦ ਸਾਹਿਬ ਜੀ ਦਾ ਬੀਬੀ ਹਜ਼ਬਰਾ ਜੀ ਦੇ ਨਾਲ ਵਿਆਹ ਹੋਇਆ। ਉਹਨਾਂ ਨੇ ਆਪਣੇ ਜੀਵਨ ਵਿੱਚ ਬੜੀਆਂ ਸਾਰੀਆਂ ਦੇਣਾ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜੇ ਸਾਰੇ ਵਹਿਮਾਂ ਨੂੰ ਭਰਮਾਂ ਨੂੰ ਦੂਰ ਕਰਦਿਆਂ ਹੋਇਆਂ ਤਕਰੀਬਨ 93 ਕੁ ਸਾਲ ਦੀ ਉਮਰ ਸੰਸਾਰ ਵਿੱਚ ਭੋਗ ਕੇ ਫਿਰ ਇਸ ਸੰਸਾਰ ਨੂੰ ਅਲਵਿਦਾ ਆਖਿਆ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਈਮਾਨ ਹਨ। ਦੂਸਰੇ ਭਗਤ ਹਨ ਅਤਿ ਸਤਿਕਾਰਯੋਗ ਭਗਤ ਜੈ ਦੇਵ ਜੀ। ਆਪ ਜੀ ਬੰਗਾਲ ਦੀ ਧਰਤੀ ਦੇ ਭਗਤ ਹਨ। ਜਦੋਂ ਜੈਦੇਵ ਜੀ ਦਾ ਅਸੀਂ ਜਨਮ ਦੀਆਂ ਤਰੀਕਾਂ ਲੱਭੀਆਂ ਤਾਂ ਸਾਨੂੰ ਤਰੀਕਾ ਮਿਲ ਗਿਆ 28/4/1175। ਮੈਂ ਆਪ ਜੀ ਨੂੰ ਪਹਿਲੋ ਬਚਨਾਂ ਦੀ ਸਾਂਝ ਪਾ ਚੁੱਕਿਆ ਹਾਂ। ਸ੍ਰੀ ਜੈਦੇਵ ਜੀ ਦੀਆਂ ਤਕਰੀਬਨ 150 ਕਿਤਾਬ ਬੰਗਾਲੀ ਭਾਸ਼ਾ ਵਿੱਚ ਬੰਗਲਾ ਵਿੱਚ ਅਲੱਗ ਅਲੱਗ ਉਸ ਇਲਾਕੇ 'ਚ ਬਣੀਆਂ ਹੋਈਆਂ ਹਨ, ਪਰ ਸਾਡੇ ਕੋਲ ਜਿਹੜੀਆਂ ਕਿਤਾਬਾਂ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਉਹ ਕਿਤਾਬਾਂ ਦਾ ਵੇਰਵਾ ਉਸ ਕਿਤਾਬ ਦੇ ਵਿੱਚ ਪੂਰਨ ਤੌਰ 'ਤੇ ਦਿੱਤਾ ਹੈ। ਅਤੇ ਬਾਬਾ ਜੈਦੇਵ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਕੁਛ ਦੇਣਾ ਦਿੱਤੀਆਂ। ਉਹਨਾਂ ਦੇ ਦੋ ਸ਼ਬਦ ਜਿਹੜੇ ਅਸੀਂ ਪਦਿਆਂ ਰੂਪ 'ਚ ਪੜ੍ਹਦੇ ਹਾਂ, ਜਿਹੜੇ ਬਹੁਤ ਕੀਮਤੀ ਖਜ਼ਾਨਾ ਹੈ। ਬਾਬਾ ਜੈਦੇਵ ਜੀ, ਭਗਤ ਜੈਦੇਵ ਜੀ ਦਾ ਅਖੀਰਲਾ ਸਮਾਂ 27/7/1257 ਵਿੱਚ ਆਇਆ। ਤਕਰੀਬਨ ਆਪ ਜੀ 82 ਸਾਲ ਦੀ ਆਰਬਲਾ ਪੂਰਨ ਕਰਕੇ ਇਸ ਸੰਸਾਰ ਨੂੰ ਅਲਵਿਦਾ ਆਖਿਆ। ਤੀਸਰੇ ਸਥਾਨ 'ਤੇ ਭਗਤ ਸਦਨਾ ਜੀ ਆਉਂਦੇ ਹਨ। ਤੀਜੇ ਸਥਾਨ 'ਤੇ ਭਗਤ ਸਦਨਾ ਜੀ ਦਾ ਜਨਮ 20/7/1180 ਵਿੱਚ ਹੋਇਆ ਹੈ। ਮੈਂ ਫਿਰ ਆਪ ਜੀ ਨੂੰ ਬਚਨ ਦੀ ਸਾਂਝ ਪਾ ਦੇਵਾਂ। ਅਸੀਂ ਇਹਨਾਂ ਦੇ ਉੱਪਰ ਬੜੀ ਭਾਰੀ ਖੋਜ ਕਰਕੇ, ਰਿਸਰਚ ਕਰਕੇ ਫਿਰ ਇਹਨਾਂ ਨੂੰ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ। ਬਾਬਾ ਸਦਨਾ ਜੀ, ਜਿਨ੍ਹਾਂ ਦੀਆਂ ਦੇਣਾਂ ਬਹੁਤ ਵੱਡੀਆਂ ਹਨ, ਇੱਥੇ ਇੱਕ ਵਚਨ ਬਾਬਾ ਸਦਨਾ ਜੀ ਦਾ ਆਪ ਜੀ ਨਾਲ ਸਾਂਝਾ ਕਰਨਾ ਹੈ। ਬਾਬਾ ਜੀ, ਬਾਬਾ ਸਦਨਾ ਜੀ ਦੇ ਰਸਨਾ ਤੋਂ ਜਿਹੜੇ ਬੋਲ ਆਏ ਨੇ ਬੜੇ ਕੀਮਤੀ ਨੇ, ਜਿਨ੍ਹਾਂ ਦੇ ਅਰਥ ਸੂਹੀ ਗੁਰੂ ਗ੍ਰੰਥ ਸਾਹਿਬ ਅੰਦਰ ਪੜ੍ਹਦੇ ਵੀ ਹੋ, ਸ਼ਬਦ ਵੀ ਸੁਣਦੇ ਹੋ। ਪਰ ਬਾਬਾ ਸਦਨਾ ਜੀ ਨੂੰ ਸਾਰਿਆਂ ਨੇ ਕਰੀਬਨ ਮੁਸਲਮਾਨ ਲਿਖ ਦਿੱਤਾ, ਪਰ ਜਦੋਂ ਅਸੀਂ ਇਸ ਇਤਿਹਾਸ ਨੂੰ ਘੋਖਿਆ, ਨਾਪਿਆ, ਭੱਟ ਪ੍ਰਮੋਦਨੀ ਮਾਲਾ ਆਦਿਕ ਗੁਣਗੰਜਨਾਮਾ ਭੱਟ ਆਦਿਕ ਗ੍ਰੰਥਾਂ ਵਿੱਚੋਂ ਦਰਸ਼ਨ ਕੀਤੇ ਤਾਂ ਪਤਾ ਚੱਲਿਆ ਆਪ ਜੀ ਹਿੰਦੂ ਪਰਿਵਾਰ 'ਚੋਂ ਸਨ ਔਰ ਆਪ ਜੀ ਉੱਧਰ ਸਿੰਧ ਦੇ ਇਲਾਕੇ ਤੋਂ ਇਹਨਾਂ ਦਾ ਜਨਮ ਹੁੰਦਾ ਔਰ ਸਰਹੰਦ ਆ ਕੇ ਇਹਨਾਂ ਦਾ ਅਖੀਰਲਾ ਸਮਾਂ ਆਉਂਦਾ ਹੈ। ਆਪ ਜੀ ਦਾ ਅਖੀਰਲਾ ਸਮਾਂ 28/9/1270 ਤਕਰੀਬਨ 90 ਕੁ ਸਾਲ ਦੀ ਉਮਰ ਸੰਸਾਰ ਵਿੱਚ ਭੋਗ ਕੇ ਭਗਤ ਸਦਨਾ ਜੀ ਸੰਸਾਰ 'ਚੋਂ ਗਏ ਹਨ। ਭਗਤ ਸਦਨਾ ਜੀ ਦਾ ਵਿਆਹ ਨਹੀਂ ਹੋਇਆ। ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਨੂੰ ਕਸਾਈ ਕਿਉਂ ਕਿਹਾ ਗਿਆ?
ਕਸਾਈ ਦਾ ਰੂਪ ਕੀ ਸੀਗਾ। ਇਹਨਾਂ ਦੇ ਹੀ ਭਰਾ ਇੱਕ ਬਦਨਾ ਜੀ ਜਿਹੜੇ ਕਸਾਈ ਦਾ ਕੰਮ ਕਰਦੇ ਸਨ, ਉਹਨਾਂ ਕਰਕੇ ਪਰਿਵਾਰ ਦਾ ਨਾਮ ਵੀ ਕਸਾਈ ਪੈ ਗਿਆ। ਬਾਬਾ ਸਦਨਾ ਜੀ ਨੇ ਕੋਈ ਕਸਾਈਆਂ ਵਾਲਾ ਕੰਮ ਨਹੀਂ ਕੀਤਾ। ਇਹਨਾਂ ਦੀਆਂ ਵੀ ਅਨੇਕਾਂ ਸਾਖੀਆਂ ਸਾਨੂੰ ਕਸਾਈ ਨਾਲ ਜੋੜਨ ਕਰਕੇ, ਸਾਡੇ ਭਗਤ ਮਾਲਾ ਵਾਲੇ ਵੀਰਾਂ ਨੇ ਕਸਾਈ ਨਾਲ ਜੋੜਨ ਕਰਕੇ, ਇੱਕ ਸ਼ਬਦ ਦੇ ਕਰਕੇ ਉਹਨਾਂ ਨੂੰ ਕਸਾਈ ਬਣਾ ਕੇ ਹੀ ਦਿਖਾ ਦਿੱਤਾ। ਪਰ ਜਦੋਂ ਇਹਨਾਂ ਦਾ ਜੀਵਨ ਪੜਿਆ, ਇਹਨਾਂ ਦੇ ਜੀਵਨ 'ਚੋਂ ਉਹ ਮਿਠਾਸ ਲੱਭੀ, ਉਹ ਖੁਸ਼ੀ, ਉਹ ਖੇੜਾ ਲੱਭਿਆ, ਜਦੋਂ ਆਪ ਜੀ ਨੂੰ ਦਰਸ਼ਨ ਹੋਣਗੇ ਕਿਤਾਬ ਦੇ, ਆਪ ਜੀ ਦਾ ਹਿਰਦਾ ਗਦਗਦ ਹੋ ਜਾਏਗਾ। ਚੌਥੇ ਸਥਾਨ 'ਤੇ ਅਸੀਂ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਪਾਉਣ ਲੱਗੇ ਹਾਂ, ਉਹ ਹਨ ਭਗਤ ਤਰਲੋਚਨ ਜੀ। ਆਪ ਜੀ ਬ੍ਰਾਹਮਣ ਸਨ। ਆਪ ਜੀ ਦਾ ਜਨਮ 7/1/1268 ਦਾ ਹੈ। ਭਗਤ ਤਰਲੋਚਨ ਜੀ ਬਾਰੇ ਵੀ ਬਹੁਤ ਸਾਰੇ ਇਤਿਹਾਸ ਵਿੱਚ ਮੁਕਾਲਤੇ ਪਏ ਹੋਏ ਸਨ। ਉਹਨਾਂ ਦੇ ਨਾਲ ਵੀ ਜੀਵਨ ਦੀਆਂ ਸਾਖੀਆਂ, ਉਹਨਾਂ ਦੀ ਘਰਵਾਲੀ ਦੀਆਂ ਸਾਖੀਆਂ, ਇਸ ਤਰ੍ਹਾਂ ਦੀਆਂ ਜੋੜ ਜੋੜ ਕੇ ਸਾਨੂੰ ਜੋ ਇਤਿਹਾਸ ਵਿੱਚ ਹੋਇਆ ਹੀ ਨਹੀਂ ਉਹ ਗਪੌੜੇ ਸਾਨੂੰ ਸੁਣਾ ਸੁਣਾ ਕੇ ਕੰਨ ਪਕਾਏ। ਪਰ ਭਗਤ ਤਰਲੋਚਨ ਜੀ ਦੀਆਂ ਦੇਣਾਂ ਬਹੁਤ ਵੱਡੀਆਂ ਹਨ। ਆਪ ਜੀ ਦਾ ਜਨਮ 7/1/1268 'ਚ ਹੋਇਆ। ਸੰਸਾਰ 'ਚੋਂ ਜਾਣ ਦਾ ਸਮਾਂ 22/8/1350 ਦਾ। 90 ਸਾਲ ਦੀ ਆਰਬਲਾ ਭਗਤ ਤਰਲੋਚਨ ਜੀ ਨੇ ਇਸ ਸੰਸਾਰ ਨੂੰ ਦਿੱਤੀ। ਇੱਥੇ ਇੱਕ ਵਚਨ ਨਾਲ ਜਲਦੀ ਦੇਣੀ ਦੱਸ ਕੇ ਫਿਰ ਮੈਂ ਅਗਲੇ ਭਗਤ ਦੇ ਦਰਸ਼ਨ ਕਰਾਉਣੇ ਹਨ। ਇਹ ਜੋ ਤਰੀਕਾ ਮੈਂ ਬੋਲ ਰਿਹਾ ਹਾਂ, ਇਹ ਅਸੀਂ ਦੇਸੀ ਤਰੀਕਾਂ ਤੋਂ ਇੰਗਲਿਸ਼ ਤਰੀਕਾਂ ਕੱਢੀਆਂ ਹਨ, ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਸੌਖੇ ਤਰੀਕੇ ਨਾਲ ਗੱਲ ਸਮਝ ਵਿੱਚ ਪੈ ਜਾਵੇ। ਕਿਉਂਕਿ ਦੇਸੀ ਤਰੀਕਾਂ, ਦੇਸੀ ਸੰਮਤ ਦੇ ਨਾਲ ਜੋ ਸਾਡੇ ਗੁਰੂ ਸਾਹਿਬਾਂ ਦੇ ਨਾਲ ਇਹਨਾਂ ਨੇ ਦੇਸੀ ਤਰੀਕਾਂ ਜੋੜ ਕੇ, ਸੁਦੀ ਅਤੇ ਬਦੀ ਦੋ ਚੀਜ਼ਾਂ ਜੋੜ ਕੇ, ਕਦੇ ਕੋਈ ਤਰੀਕ ਕਦੇ ਕੋਈ ਤਰੀਕ, ਇੱਕ ਗੁਰਪੁਰਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਸਾਲ 'ਚ ਕਦੇ ਦੋ ਵਾਰੀ ਆ ਗਿਆ, ਕਿਸੇ ਸਾਲ 'ਚ ਆਇਆ ਹੀ ਨਹੀਂ, ਉਹਦੇ ਵੀ ਮਗਰ ਸੁਦੀ ਅਤੇ ਬਦੀ ਦਾ ਕਾਰਨ ਹੈ। ਅਖੀਰ 'ਤੇ ਜੇ ਸਮਾਂ ਮਿਲਿਆ ਤਾਂ ਮੈਂ ਉਸ ਬੱਚਨ ਨੂੰ ਹੋਰ ਖੋਲ੍ਹਾਂਗਾ। ਹੁਣ ਮੈਂ ਸੰਖੇਪਮੈਂ ਸ਼ਬਦਾਂ ਜਾਣਾ। 5ਵੇਂ ਸਥਾਨ 'ਤੇ ਅਤਿ ਸਤਿਕਾਰਯੋਗ ਭਗਤ ਨਾਮਦੇਵ ਜੀ। ਮੈਨੂੰ 15 ਦੇ 15 ਭਗਤਾਂ ਵਿੱਚੋਂ ਕੇਵਲ ਨਾਮਦੇਵ ਜੀ ਦਾ, ਸਾਰੇ ਵਿਦਵਾਨਾਂ ਨੇ ਤਰੀਕ ਇੱਕੋ ਹੀ ਦਿੱਤੀ ਹੈ, 26/10/1270। ਇਹ ਇਹਨਾਂ ਦੇ ਜਨਮ ਦੀ ਤਰੀਕ ਹੈ, 26/10/1270। ਸਾਰੇ ਵਿਦਵਾਨਾਂ ਨੇ ਇਹ ਤਰੀਕ ਨੂੰ ਚੁਣਿਆ। ਇਸ ਦੇ ਮਗਰਲਾ ਇੱਕ ਕਾਰਨ, ਇਸ ਬਰਾਦਰੀ, ਇਸ ਭਾਈਚਾਰੇ ਨੂੰ ਵਧਾਈ ਦੇ ਪਾਤਰ ਹਨ ਜਿਹੜੇ ਸਮੇਂ ਮੁਤਾਬਕ ਜਾ ਕੇ ਇਹਨਾਂ ਨੇ ਜਨਮ ਕੁੰਡਲੀਆਂ ਹੋਰ ਤਰੀਕਾਂ ਕੱਢ ਕੇ ਮਿਲਾ ਕੇ ਇਹਨਾਂ ਦੇ ਭਾਈਚਾਰਾ ਬਰਾਦਰੀ ਨੇ ਹੀ ਉਹ ਸਾਰੀਆਂ ਤਰੀਕਾਂ ਕੌਮ ਦੇ ਹਵਾਲੇ ਕਰਤੀਆਂ, ਭੁਲੇਖਾ ਪੈਣ ਦਾ ਕੰਮ ਸਮਾਪਤ ਕਰਤਾ। ਅਤੇ ਬਾਬਾ ਨਾਮਦੇਵ ਜੀ ਦਾ ਅਖੀਰਲਾ ਸਮਾਂ ਸੀ 15/1/1350। 1350 ਵਿੱਚ 80 ਸਾਲ ਦੀ ਉਮਰ ਆਪ ਜੀ ਸੰਪੂਰਨ ਕਰਕੇ ਉੱਧਰ ਮਹਾਰਾਸ਼ਟਰ ਤੋਂ ਜੀਵਨ ਸ਼ੁਰੂ ਹੋਇਆ। ਪੰਜਾਬ ਦੀ ਧਰਤੀ ਵਿੱਚ ਆਪ ਜੀ ਨੇ ਅਖੀਰਲੇ ਸਵਾਸ ਲੈ ਕੇ ਇਸ ਧਰਤੀ ਨੂੰ ਤਾਰਦਿਆਂ ਹੋਇਆਂ ਪੰਜਾਬ ਦੇ ਵਿੱਚ ਘੁਮਾਣ ਦੇ ਅਸਥਾਨ ਦੇ ਉੱਪਰ ਆਪ ਜੀ ਨੇ ਅਖੀਰਲਾ ਸਵਾਸ ਲਿਆ। ਆਪ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਵੱਡੀਆਂ ਵੱਡੀਆਂ ਦੇਣਾਂ ਦਿੱਤੀਆਂ। ਬਾਬਾ ਨਾਮਦੇਵ ਜੀ ਦੇ ਵੀ ਬਹੁਤ ਸਾਰੇ ਸ਼ਬਦਾਂ ਦਾ ਸਾਨੂੰ ਭੁਲੇਖਾ ਪਾਉਣ ਦਾ ਯਤਨ ਕੀਤਾ। ਸਾਨੂੰ ਉਹਦੇ ਭਗਤ ਮਾਲਾ ਵਾਲੇ ਵੀਰ ਨੇ ਜੋ ਸਾਨੂੰ ਲਿਖ ਕੇ ਦਿਖਾਇਆ, ਉਹ ਇਹ ਦਿਖਾਇਆ ਕਿ ਭਗਤ ਨਾਮਦੇਵ ਜੀ ਨੇ ਪੱਥਰ ਵਿੱਚੋਂ ਭਗਵਾਨ ਪ੍ਰਗਟ ਕੀਤਾ, ਪੱਥਰ ਵਿੱਚੋਂ
ਦੂਧ ਕਟੋਰੇ ਗੜਵੇ ਪਾਣੀ ਕਪਲ ਗਾਏ ਨਾਮੇ ਦੁਆਣੀ ਆਹ ਸ਼ਬਦ ਨੂੰ ਲੈ ਕੇ ਔਰ ਨਾਲ ਦੀ ਨਾਲ ਇਹ ਸਾਨੂੰ ਦਿਖਾਇਆ ਕਿ ਪੱਥਰ 'ਚੋਂ ਰੱਬ ਪ੍ਰਗਟ ਕੀਤਾ। ਪਰ ਇਹ ਵਿਦਵਾਨ ਇਹ ਗੱਲ ਭੁੱਲ ਗਏ ਕਿ ਉਹੀ ਨਾਮਦੇਵ ਜੀ ਇਹ ਗੱਲ ਆਖ ਰਹੇ ਸਨ। ਕੀ ਕਹਿ ਰਹੇ ਸੀ? ਕਹਿ ਰਹੇ ਸਨ, ਇੱਕੇ ਪਾਥਰ ਧਰੀਏ ਪਾਓ, ਦੂਜੇ ਪਾਥਰ ਧਰੀਏ ਭਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹੇ ਨਾਮਦੇਵ ਹਮ ਹਰ ਕੀ ਸੇਵਾ। ਜੇ ਤੇਰੇ ਸਾਹਮਣੇ ਜਿਹੜੀ ਮੂਰਤੀ ਹੈ ਉਹ ਪੱਥਰ ਦੀ ਹੈ, ਜਿਸ ਪੱਥਰ ਦੀ ਮੂਰਤੀ 'ਤੇ ਖੜਾਂ ਉਹਦੇ 'ਤੇ ਤੂੰ ਪੈਰ ਧਰੀ ਖੜਾਂ, ਜੇ ਉਹ ਪੱਥਰ ਦੀ ਮੂਰਤੀ ਭਗਵਾਨ ਹੈ ਤਾਂ ਜਿਹੜੀ ਪੈਰਾਂ ਥੱਲੇ ਆ ਉਹ ਵੀ ਰੱਬ ਹੈ। ਇੱਕ ਪੱਥਰ ਦੇ ਉੱਪਰ ਹੱਥ ਜੋੜੀ ਖਲੋਤਾ ਹੈ, ਇੱਕ ਪੱਥਰ ਦੇ ਉੱਪਰ ਖਲੋਤਾ ਹੈ। ਬਾਬਾ ਨਾਮਦੇਵ ਜੀ ਦਾ ਜੀਵਨ ਵੀ ਸਤਿਗੁਰੂ ਜੀ ਨੇ ਮਿਹਰ ਕਰਕੇ ਬਹੁਤ ਸੁੰਦਰ ਕਿਤਾਬ ਇਹਨਾਂ ਸਾਰੇ ਵਹਿਮਾਂ ਨੂੰ ਭਰਮਾਂ ਨੂੰ ਉਹਨਾਂ ਦੀ ਬਾਣੀ ਦੇ ਵਿੱਚ ਕਿਵੇਂ ਕਿਵੇਂ ਆ, ਇੱਕ ਇੱਕ ਸ਼ਬਦ ਕਿਵੇਂ ਉਹਨਾਂ ਨੇ ਦਿਉਰਾ ਫੇਰਨ ਦੀਆਂ ਸਾਖੀਆਂ ਨੂੰ ਸਾਰੀਆਂ ਨੂੰ ਧੋ ਕੇ ਸਾਫ਼ ਕਰਕੇ ਕੋਸ਼ਿਸ਼ ਕਰਕੇ ਉਹਨਾਂ ਨੇ ਨਾਮਦੇਵ ਜੀ ਨੇ ਆਪ ਹੀ ਦਿਆਲਤਾ ਕੀਤੀ, ਇੱਕ ਇੱਕ ਇਤਿਹਾਸ ਦੀਆਂ ਲੜੀਆਂ ਇਸ ਵਿੱਚ ਪੂਰਨ ਕੀਤੀਆਂ ਹਨ। ਛੇਵੇਂ ਅਸਥਾਨ 'ਤੇ ਅਤਿ ਸਤਿਕਾਰਯੋਗ ਭਗਤ ਰਾਮਾਨੰਦ ਜੀ ਆਉਂਦੇ ਨੇ। ਛੇਵੇਂ ਅਸਥਾਨ 'ਤੇ ਜੋ ਰਾਮਾਨੰਦ ਜੀ ਦਾ ਇਤਿਹਾਸ ਸਾਨੂੰ ਪ੍ਰਾਪਤ ਹੋਇਆ, ਉਹ ਰਾਮਾਨੰਦ ਜੀ ਦੀਆਂ ਕਿਵੇਂ ਰਾਮਾਨੰਦੀ ਬਣੇ, ਕਿਵੇਂ ਉਹਨਾਂ ਦਾ ਸੰਸਾਰ ਵਿੱਚ ਆਉਣਾ ਹੋਇਆ, ਆ ਜਿਸ ਨੂੰ ਅਸੀਂ ਅਯੁੱਧਿਆ ਆਖਦੇ ਹਾਂ, ਇਹਦੇ ਨਾਲ ਹੀ ਅਯੁੱਧਿਆ ਤੋਂ ਜੀਵਨ ਸ਼ੁਰੂ ਹੁੰਦਾ, ਪ੍ਰਾਗ ਰਾਜ ਦੇ ਵਿੱਚ ਜਾ ਕੇ ਇਹਨਾਂ ਦਾ ਜਨਮ ਹੁੰਦਾ ਹੈ। 15/8/1366 ਵਿੱਚ ਭਗਤ ਰਾਮਾਨੰਦ ਜੀ ਦਾ ਜਨਮ ਹੁੰਦਾ ਹੈ। ਆਪ ਜੀ ਬ੍ਰਹਿਮਣ ਕੁਲ ਵਿੱਚੋਂ ਸਨ। ਆਪ ਜੀ ਨੇ ਆਪਣੇ ਜੀਵਨ ਦੀਆਂ ਬੜੀਆਂ ਦੇਣਾਂ ਦਿੱਤੀਆਂ, ਅਤੇ ਜੇ ਮੈਂ ਸੌਖੇ ਜਿਹੇ ਸ਼ਬਦਾਂ 'ਚ ਇਹ ਕਹਿ ਦੇਵਾਂ, ਭਗਤ ਰਾਮਾਨੰਦ ਜੀ ਨੇ ਇੱਕ ਯੂਨੀਵਰਸਿਟੀ ਖੋਲ੍ਹੀ। ਆਪਣੀ ਯੂਨੀਵਰਸਿਟੀ ਦੇ ਵਿੱਚ ਆਮ ਕਰਕੇ 12 ਪ੍ਰੋਫੈਸਰ ਅਸੀਂ ਕਹਿ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਭਗਤਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ ਉਹਦੇ ਵਿੱਚ ਤਕਰੀਬਨ ਇਹ 6-7 ਭਗਤਾਂ ਦਾ ਜ਼ਿਕਰ ਸਾਨੂੰ ਪ੍ਰਾਪਤ ਹੁੰਦਾ ਹੈ। ਇਹ ਰਾਮਾਨੰਦ ਜੀ ਦੇ ਸਕੂਲ ਵਿੱਚ ਉਹਨਾਂ ਦੀ ਉਸ ਸੰਪਰਤਾ ਵਿੱਚੋਂ ਪੜ੍ਹੇ ਅਤੇ ਪੜ੍ਹ ਕੇ ਉਹਨਾਂ ਦਾ ਅਗਲਾ ਜੀਵਨ ਚੱਲਿਆ, ਜਿਹਦੇ ਵਿੱਚ ਇੱਕ ਇੱਕ ਭਗਤ ਦਾ ਮੈਂ ਆਪ ਜੀ ਨੂੰ ਸਹਿਜੇ ਸਹਿਜੇ ਵੇਰਵੇ ਵਿੱਚ ਜ਼ਿਕਰ ਕਰਾਂਗਾ। ਭਗਤ ਰਾਮਾਨੰਦ ਜੀ 15/8/1366 ਦੇ ਵਿੱਚ ਉਹਨਾਂ ਦਾ ਜਨਮ ਹੋਇਆ, 20/12/1467 ਦੇ ਵਿੱਚ ਉਹਨਾਂ ਦਾ ਸੰਸਾਰ 'ਚੋਂ ਜਾਣਾ ਹੋਇਆ, 101 ਸਾਲ ਦੀ ਉਮਰ ਉਹ ਸੰਸਾਰ ਵਿੱਚ ਭੋਗ ਕੇ ਬੜੀਆਂ ਵੱਡੀਆਂ ਦੇਣਾਂ ਦੇ ਕੇ ਬਹੁਤ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਖੋਲ੍ਹ ਕੇ ਰਾਮਾਨੰਦ ਜੀ ਸੰਸਾਰ 'ਚੋਂ ਜੀਵਨ ਦੀ ਬਾਜ਼ੀ ਜਿੱਤ ਕੇ ਗਏ। ਇਹਨਾਂ ਤੋਂ ਬਾਅਦ 7ਵਾਂ ਸਥਾਨ ਆ ਜਾਂਦਾ ਭਗਤ ਸੈਨ ਜੀ ਦਾ। ਜਦੋਂ ਭਗਤ ਸੈਨ ਜੀ ਦੀ ਅਸੀਂ ਖੋਜ ਆਰੰਭ ਕੀਤੀ ਤਾਂ ਉਹਨਾਂ ਦੀ ਖੋਜ ਦੇ ਉੱਪਰ ਸਾਨੂੰ ਭਾਰੀ ਮਿਹਨਤ ਕਰਨੀ ਪਈ, ਕਿਉਂਕਿ ਭਗਤ ਸੈਨ ਜੀ ਦੇ ਬਾਰੇ ਪੰਜਾਬ ਦੀ ਧਰਤੀ ਵਿੱਚ ਆ ਸੋਹਲ ਠੱਠੀਆਂ, ਇੱਕ ਪ੍ਰਤਾਪਪੁਰਾ ਜਿਹੜਾ ਸਾਡੇ ਲੁਧਿਆਣੇ ਤੋਂ ਥੋੜ੍ਹੀ ਦੂਰੀ ਦੇ ਉੱਪਰ, ਜਲੰਧਰ ਜ਼ਿਲ੍ਹਾ ਪੈਂਦਾ ਪਰ ਲੁਧਿਆਣੇ ਦੇ ਕੋਲ ਹੈ, ਇਸ ਸਥਾਨਾਂ ਦੇ ਵੀ ਉਹਨਾਂ ਦੇ ਇੱਕ ਸਥਾਨ 'ਤੇ ਜਨਮ ਅਤੇ ਦੂਸਰੇ ਸਥਾਨ 'ਤੇ ਉਹਨਾਂ ਦਾ ਅਕਾਲ ਚਲਾਣਾ, ਜੋਤੀ ਜੋਤ ਕਹਿ ਲਈਏ ਜਾਂ ਉਹਨਾਂ ਦਾ ਦੇਹਾਂਤ ਹੋਇਆ, ਪੰਜਾਬ 'ਚ ਲਿਖਿਆ ਇਹਨਾਂ ਨੇ। ਉਹਦੇ ਕਰਕੇ ਸਾਡਾ ਬੜਾ ਲੰਮਾ ਸਮਾਂ ਲੱਗਿਆ ਬਈ ਅਸੀਂ ਜਿਹੜੇ ਭਗਤ ਸੈਨ ਜੀ ਦੇ ਦਰਸ਼ਨ ਕਰਦੇ ਹਾਂ ਉਹਨਾਂ ਦਾ ਰੀਵਾ ਸਤਨਾ ਲਿਖਿਆ ਹੈ ਅਤੇ ਅਸੀਂ ਇਹ ਕੀ ਫਰਕ ਹੈ। ਅਖੀਰ ਬਹੁਤ ਭਾਰੀ ਖੋਜ ਤੋਂ ਬਾਅਦ ਪਤਾ ਲੱਗਿਆ ਪੰਜਾਬ ਦੀ ਧਰਤੀ ਵਿੱਚ ਉਹਨਾਂ ਦਾ ਲਾਹੌਰ ਜਾਣਾ ਹੋਇਆ, ਲਾਹੌਰ ਤੋਂ ਜਾਂਦਿਆਂ ਹੋਇਆਂ ਆਉਂਦਿਆਂ ਹੋਇਆਂ ਇਹਨਾਂ ਸਥਾਨਾਂ 'ਤੇ ਰੁਕੇ ਨੇ,
ਅਤੇ ਉਹਦੇ ਕਰਕੇ ਭੁਲੇਖੇ 'ਚ ਪੈ ਕੇ ਇਹਨਾਂ ਨੇ ਪੰਜਾਬ ਦਾ ਹੀ ਉਹਨਾਂ ਨੂੰ ਕਰ ਦਿੱਤਾ। ਪਰ ਉਹਨਾਂ ਦਾ ਜਨਮ ਸਥਾਨ ਰੀਵਾ ਸਤਨਾ ਦਾ ਹੈ, ਉਸ ਅਸਥਾਨ ਦਾ ਹੀ ਹੈ। ਭਗਤ ਸਹਿਨ ਜੀ ਦਾ ਜਦੋਂ ਅਸੀਂ ਜਨਮ ਦੇਖਦੇ ਹਾਂ ਤਾਂ 5/3/1390 ਦਾ ਹੈ, ਔਰ ਭਗਤ ਸਹਿਨ ਜੀ ਦਾ ਜੋ ਅਕਾਲ ਚਲਾਣਾ ਹੈ 26/9/1475 ਦਾ ਹੈ। ਆਪ ਜੀ ਨੇ 85 ਸਾਲ ਦੀ ਉਮਰ ਸੰਸਾਰ ਵਿੱਚ ਭੋਗ ਕੇ ਸਾਰੀ ਦੁਨੀਆ ਨੂੰ ਸੱਚ ਦਾ ਪ੍ਰਚਾਰ ਦਿੰਦਿਆਂ ਹੋਇਆਂ ਜੀਵਨ ਆਪਣਾ ਸਫਲ ਕੀਤਾ, ਔਰ ਅੱਜ ਵੀ ਉਹਨਾਂ ਦੀਆਂ ਦੇਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਏ ਮਾਨ ਹਨ। ਇਹਨਾਂ ਤੋਂ ਬਾਅਦ 9ਵੇਂ ਸਥਾਨ 'ਤੇ ਅਤਿ ਸਤਿਕਾਰਯੋਗ ਭਗਤ ਕਬੀਰ ਜੀ ਦਾ ਅਸਥਾਨ ਆਉਂਦਾ ਹੈ। ਭਗਤ ਕਬੀਰ ਜੀ ਦੇ ਬਾਰੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਇਹਨਾਂ ਨੂੰ ਹਿੰਦੂ ਬਣਾਉਣ ਦਾ ਯਤਨ ਕੀਤਾ, ਔਰ ਭਗਤ ਮਾਲਾ ਵਾਲਿਆਂ ਨੇ ਵਾਰੰਵਾਰ ਇਹ ਗੱਲ ਸਾਡੇ ਅੱਖਾਂ ਦੇ ਮੂਹਰੇ ਰੱਖਣ ਦਾ ਯਤਨ ਕੀਤਾ। ਇਹਨਾਂ ਦਾ ਜਨਮ ਹੋਇਆ ਸੀ ਪੰਡਿਤ ਦੇ ਘਰ ਦਾ, ਬ੍ਰਾਹਮਣ ਦੇ ਘਰ ਦਾ, ਅਤੇ ਮਾਤਾ ਪਿਤਾ ਸੀ ਮੁਸਲਮਾਨ। ਫਿਰ ਇਸ ਦੇ ਉੱਪਰ ਵੀ ਬਹੁਤ ਵੱਡੀ ਖੋਜ ਕਰਨ ਦਾ ਮੌਕਾ ਮਿਲਿਆ। ਅਤੇ ਇਸ ਗੁਰੂ ਪੇਕੇ ਪਿਆਰਿਓ, ਤੁਸੀਂ ਇਸ ਬੱਚਨ ਨੂੰ ਸੁਣ ਰਹੇ ਹੋ ਅਤੇ ਧਿਆਨ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਦੋਂ ਅਸੀਂ ਲੱਭੇ ਤਾਂ ਸਾਨੂੰ 5 ਕਬੀਰ ਲੱਭੇ। 5 ਕਬੀਰਾਂ ਦਾ ਅਲੱਗ ਅਲੱਗ ਇਤਿਹਾਸ ਲਿਖਿਆ ਗਿਆ, ਉਹਨਾਂ ਦੇ ਜਨਮ, ਉਹਨਾਂ ਦੇ ਸਾਰਾ ਕੁਛ ਸਮਾਂ ਲਿਖਿਆ ਗਿਆ, ਉਹਨਾਂ ਦਾ ਸਮਾਂ ਕਾਲ ਲਿਖਿਆ ਗਿਆ। ਅਤੇ ਉਹਨਾਂ ਵਿੱਚ ਜਿਹੜੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਿਹੜੇ ਭਗਤ ਕਬੀਰ ਜੀ ਹਨ, ਉਹਨਾਂ ਦਾ ਜਨਮ 13/6/1398 ਦਾ ਹੈ, ਔਰ ਉਹਨਾਂ ਦਾ ਅਕਾਲ ਚਲਾਣਾ 12/10/1503 ਦਾ ਹੈ, ਔਰ ਉਹਨਾਂ ਨੇ ਤਕਰੀਬਨ 105 ਸਾਲ ਦੀ ਉਮਰ ਸੰਸਾਰ ਵਿੱਚ ਬਤੀਤ ਕੀਤੀ ਹੈ। ਗੋਰਖਪੁਰ ਦੇ ਕੋਲੇ ਇੱਕ ਜਗ੍ਹਾ ਪੈਂਦੀ ਹੈ, ਉਸ ਅਸਥਾਨ ਦੇ ਉੱਪਰ ਜਿਹਨੂੰ ਵਾਰ ਵਾਰ ਅਸੀਂ ਗੁਰਬਾਣੀ ਦੇ ਵਿੱਚ ਬਈ ਭਗਤ ਕਬੀਰ ਜੀ ਦਾ ਅਖੀਰਲਾ ਸਮਾਂ ਕਿੱਥੇ ਆਇਆ, ਉਹਦਾ ਜ਼ਿਕਰ ਵੀ ਅਸੀਂ ਅਗਲੇ ਦਿਨਾਂ 'ਚ ਜਦੋਂ ਐਪੀਸੋਡ ਬੋਲਾਂਗੇ ਤਾਂ ਉਹਦੇ ਵਿੱਚ ਆਪ ਜੀ ਦੇ ਨਾਲ ਬਚਨਾਂ ਦੀ ਸੰਪੂਰਨ ਸਾਂਝ ਕਰਾਂਗੇ। ਪਰ ਇਸ ਖੋਜ ਵਿੱਚ ਸਾਨੂੰ ਪ੍ਰਾਪਤ ਹੋਇਆ ਭਗਤ ਕਬੀਰ ਜੀ ਦਾ ਮੁਸਲਮਾਨਾਂ ਦੇ ਘਰ ਦਾ ਹੀ ਜਨਮ ਸੀ। ਉਹਨਾਂ ਦੇ ਪ੍ਰਤੀ ਗੁਰੂ ਰਵਿਦਾਸ ਜੀ ਦੇ ਰਸਨਾ ਤੋਂ ਬੋਲ ਆਏ ਨੇ, ਜਾ ਕੈ ਈਦ ਬਕਰੀਦ ਗਊ ਵੱਧ ਕਰੈ। ਉਸ ਘਰ ਦੇ ਵਿੱਚ ਜਿੱਥੇ ਈਦ ਬਕਰੀਦ ਮਨਾਈ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਉਹਨਾਂ ਬਾਰੇ ਬੋਲ ਕੇ ਇੱਕ ਇੱਕ ਵਚਨ ਸਾਨੂੰ ਦੱਸਦੀ ਹੈ। ਭਗਤ ਕਬੀਰ ਜੀ ਦਾ ਸੰਸਾਰ ਵਿੱਚ 105 ਸਾਲ ਦੀ ਆਰਵਲਾ ਔਰ ਕਈ ਸਾਰੇ ਭੇਦ ਜੀਵਨ ਦੇ ਭਗਤ ਕਬੀਰ ਜੀ ਦੇ ਇਸ ਪੁਸਤਕ ਵਿੱਚ ਅਸੀਂ ਖੋਲ੍ਹਣ ਦਾ ਯਤਨ ਕੀਤਾ ਹੈ। ਇਹਨਾਂ ਦਾ ਅਸਥਾਨ 8ਵਾਂ ਹੈ। 9ਵੇਂ ਅਸਥਾਨ ਦੇ ਉੱਪਰ ਅਤਿ ਸਤਿਕਾਰਯੋਗ ਭਗਤ ਰਵਿਦਾਸ ਜੀ। ਭਗਤ ਰਵਿਦਾਸ ਜੀ ਦੇ ਪ੍ਰਤੀ ਵੀ ਜਦੋਂ ਜਨਮ ਦੀ ਗੱਲ ਕਰਦੇ ਹਾਂ ਤਾਂ ਆਪ ਜੀ ਦਾ ਜਨਮ 7/2/1399 ਦਾ ਹੈ, ਪਰ ਬਹੁਤ ਸਾਰੇ ਵੀਰਾਂ ਨੇ ਗਲਤੀ ਕਰਕੇ 1378 ਦਾ ਲਿਖ ਕੇ ਉਹਨਾਂ ਦੀ ਉਮਰ 151 ਸਾਲ ਦੀ ਬਣਾਤੀ। ਹੁਣ ਆਪ ਜੀ ਨੂੰ ਜਿਹੜੇ ਵਿਦਵਾਨ ਲੋਕ ਨੇ, ਸੋਝੀਵਾਨ ਲੋਕ ਨੇ, ਉਹਨਾਂ ਨੂੰ ਪਤਾ ਹੈ ਸੰਮਤ ਵਿੱਚ ਅਤੇ ਸੰਨ ਵਿੱਚ 57 ਸਾਲ ਦਾ ਫਰਕ ਹੈ। ਅਗਲਾ ਸੰਮਤ ਲੈ ਲਿਆ, ਮਗਰਲੀ ਸਾਈਡ ਤੋਂ ਲੈ ਲਿਆ ਸੰਨ, ਉਹਦੇ ਕਰਕੇ 57 ਸਾਲ ਵਿੱਚ ਪੈਣ ਕਰਕੇ ਉਹ ਸਾਰੇ ਦਾ ਸਾਰਾ ਇਤਿਹਾਸ ਇਹਨਾਂ ਦਾ ਹਿੱਲ ਗਿਆ। ਪਰ ਗੁਰੂ ਰਵਿਦਾਸ ਜੀ ਦੀਆਂ ਦੇਣਾ ਬਹੁਤ ਵੱਡੀਆਂ ਨੇ। 40 ਸ਼ਬਦਾਂ ਦੇ ਵਿੱਚ ਉਹਨਾਂ ਨੇ ਬੜੇ ਜੀਵਨ ਦੇ ਭੇਦ ਖੋਲ੍ਹੇ ਨੇ। ਉਹਨਾਂ ਦੀਆਂ ਦੇਣਾ ਵੀ ਉਹਨਾਂ ਦੀ ਕਿਤਾਬ ਦੇ ਵਿੱਚ ਪੂਰੀਆਂ ਲਿਖ ਕੇ ਉਹਨਾਂ ਦੇ ਦਾਦੇ ਪੜਦਾਦੇ ਲੱਕੜਦਾਦੇ ਪੁੱਤ ਪੋਤਰੇ ਪੜਪੋਤਰੇ ਸਨ ਰਹਿਦਾਸ ਜੀ, ਉਹਨਾਂ ਦੇ ਬਾਰੇ ਵੀ ਜ਼ਿਕਰ ਬਹੁਤ ਸੋਹਣਾ ਸਾਨੂੰ ਪ੍ਰਾਪਤ ਹੋਇਆ।
ਅਤੇ ਸਾਰਾ ਉਹਨਾਂ ਦਾ ਜਨਮ, ਵਿਆਹ, ਬੱਚੇ, ਪਰਿਵਾਰ, ਸਾਰੀ ਦੀ ਸਾਰਾ ਭੇਦ ਪੂਰਾ ਸੰਗਤ ਦੇ ਸਾਹਮਣੇ ਰੱਖਿਆ। ਅਤੇ ਉਹਨਾਂ ਦੀ ਜਦੋਂ ਅਸੀਂ ਆਰਬਲਾ ਉਮਰ ਦੀ ਗੱਲ ਕਰਦੇ ਹਾਂ, 7/2/1399 ਦਾ ਜਨਮ ਹੈ, 12/5/1509 ਦਾ ਉਹਨਾਂ ਦਾ ਅਕਾਲ ਚਲਾਣਾ ਹੈ। ਅਕਾਲ ਚਲਾਣਾ ਕਹਿ ਦਈਏ, ਜੋਤੀ ਜੋਤ ਕਹਿ ਦਈਏ, ਦੇਹਾਂਤ ਕਹਿ ਦਈਏ, ਸ਼ਬਦ ਬਦਲੀ ਜਾਣਗੇ, ਲੇਕਿਨ ਸਾਡੇ ਕੋਲ ਸਤਿਕਾਰਤ ਸ਼ਬਦ ਇਹੀ ਹੈ। ਸੰਸਾਰ ਨੂੰ ਉਹ ਤਾਰਦੇ ਹੋਏ 110 ਸਾਲ ਦੀ ਉਮਰ ਗੁਰੂ ਰਵਿਦਾਸ ਜੀ ਦੀ, ਭਗਤ ਰਵਿਦਾਸ ਜੀ ਦੀ ਆਉਂਦੀ ਹੈ। ਇਸ ਕਿਤਾਬ ਦੇ ਅੰਦਰ ਦਾਸ ਨੇ ਇਹ ਵੀ ਭੇਦ ਖੋਲ੍ਹਿਆ ਹੈ ਕਿ ਭਗਤ ਕਹਿਣਾ ਜਾਂ ਗੁਰੂ ਕਹਿਣਾ। ਜਦੋਂ ਭਗਤ ਕਾਲ ਸੀ, ਉਸ ਸਮੇਂ ਉੱਪਰ ਕਿਸੇ ਨੂੰ ਗੁਰੂ ਕਹਿ ਦਈਏ ਇੰਝ ਸੀ ਜਿਵੇਂ ਕਿਸੇ ਨੂੰ ਕੋਈ ਗਾਲ ਕੱਢ ਦੇਵੇ। ਭਗਤ ਕਬੀਰ ਜੀ ਕਹਿੰਦੇ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾਹੇ। ਇਹ ਜਿਹੜਾ ਬਾਹਮਣ ਹੈ, ਇਹ ਜਗਤ ਦਾ ਗੁਰੂ ਹੋ ਸਕਦਾ, ਭਗਤਾਂ ਦਾ ਗੁਰੂ ਨਹੀਂ ਹੋ ਸਕਦਾ। ਪਰ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇਸ ਵਾਸਤੇ ਜਿੰਨੇ ਵੀ ਭਗਤ, ਜਿੰਨੇ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਵਾਇਮਾਨ ਹਨ, ਉਹ ਸਾਰੇ ਸਾਡੇ ਗੁਰੂ ਨੇ। ਸਤਿਕਾਰ ਤੌਰ 'ਤੇ ਗੁਰੂ ਰਵਿਦਾਸ, ਸਤਿਗੁਰੂ ਰਵਿਦਾਸ ਅਸੀਂ ਸਾਰਿਆਂ ਨੇ ਪਿਆਰ ਦਾ ਸ਼ਬਦ ਕਹਿਣਾ ਹੈ, ਪਰ ਭਗਤ ਨਾਮ ਵੀ ਉਹਨਾਂ ਦੇ ਨਾਂ ਨਾਲੋਂ ਅਲੱਗ ਨਹੀਂ ਕਰਨਾ, ਉਹਨਾਂ ਦੀ ਰਸਨਾ ਦੀ ਹੀ ਬੋਲਣੇ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ, ਭਗਤ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਬਚਨ ਫਿਰ ਕਿਤੇ ਇਸ ਨੂੰ ਪੂਰਾ ਖੋਲ੍ਹਾਂਗਾ ਜਦੋਂ ਉਹਨਾਂ ਦੀ ਕਿਤਾਬ ਦਾ ਸਮਾਂ ਚੱਲੇਗਾ, ਉਹਦੇ ਵਿੱਚ ਫਿਰ ਆਪ ਜੀ ਦਾ ਬਚਨ ਖੋਲ੍ਹਾਂਗੇ। ਇਹਨਾਂ ਤੋਂ ਬਾਅਦ 10ਵੇਂ ਸਥਾਨ 'ਤੇ ਆਉਂਦੇ ਨੇ ਅਤਿ ਸਤਿਕਾਰਯੋਗ ਭਗਤ ਧੰਨਾ ਜੀ। ਭਗਤ ਧੰਨਾ ਜੀ ਦੇ ਬਾਰੇ ਵੀ ਇਤਿਹਾਸ ਵਿੱਚ ਬੜੇ ਭੁਲੇਖੇ ਪਾਏ ਗਏ। ਜੋ ਭਗਤ ਧੰਨਾ ਜੀ ਦੀਆਂ ਦੇਣਾਂ ਸਨ, ਉਹਨਾਂ ਤੋਂ ਸਾਨੂੰ ਗੁੰਮਰਾਹ ਕੀਤਾ ਗਿਆ। ਪਰ ਭਗਤ ਧੰਨਾ ਜੀ ਦੀਆਂ ਜਿਹੜੀਆਂ ਦੇਣਾਂ ਅਸਲੀਅਤ ਰੂਪ ਜਦੋਂ ਸਾਨੂੰ ਪੜ੍ਹਨ ਨੂੰ ਮਿਲ ਗਈਆਂ, ਆਪ ਜੀ ਦਾ ਹਿਰਦਾ ਗਦਗਦ ਹੋ ਜਾਏਗਾ। ਅੱਜ ਸੰਖੇਪਮੇ ਰੂਪ 'ਚ ਦਰਸ਼ਨ ਕਰਾਉਣੇ ਹਨ। ਭਗਤ ਧੰਨਾ ਜੀ ਦਾ ਨਗਰ ਧੂਆਂ ਧੁਆਨ ਲਿਖਿਆ ਹੈਗਾ, ਕਾਨ ਸਿੰਘ ਨਾਭਾ ਜੀ ਨੇ, ਵੈਸੇ ਨਗਰ ਦਾ ਨਾਂ ਹੈ ਧੂਆਂ। ਉਸ ਨਗਰ ਦੇ ਵਿੱਚ 20/4/1425 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, 1502 ਦੇ ਵਿੱਚ ਉਹਨਾਂ ਦਾ ਕਾਲ ਚਲਾਣਾ ਹੁੰਦਾ ਹੈ। 77 ਸਾਲ ਦੀ ਉਮਰ ਭਗਤ ਧੰਨਾ ਜੀ ਨੇ ਸੰਸਾਰ ਵਿੱਚ ਬਤੀਤ ਕੀਤੀ ਹੈ। ਇਹਨਾਂ ਨੂੰ ਵੀ ਪੱਥਰ ਪੂਜਕ ਬਣਾਇਆ ਗਿਆ ਜੀ, ਪੱਥਰ ਵਿੱਚੋਂ ਰੱਬ ਪ੍ਰਗਟ ਹੋਇਆ, ਪੱਥਰ ਵਿੱਚੋਂ ਧੰਨੇ ਨੇ ਇਸ ਤਰ੍ਹਾਂ ਕਰ ਲਿਆ। ਖੈਰ, ਜਦੋਂ ਅੱਗੇ ਬਚਨ ਆਉਣਗੇ ਤਾਂ ਮੈਂ ਇਹਦੇ ਭੇਦ ਸਾਰੇ ਕਿਤਾਬ ਵਿੱਚ ਖੋਲ੍ਹੇ ਨੇ। ਜਦੋਂ ਆਪ ਜੀ ਤਵਾਰੀਖ 15 ਭਗਤ ਕਿਤਾਬ ਆਪ ਜੀ ਦੇ ਘਰ ਵਿੱਚ ਆਵੇਗੀ, ਤੁਸੀਂ ਪੜ੍ਹੋਗੇ, ਤੁਹਾਡਾ ਹਿਰਦਾ ਗਦਗਦ ਹੋ ਜਾਏਗਾ ਕਿ ਭਗਤ ਧੰਨਾ ਜੀ ਨੇ ਕਿਸੇ ਪੱਥਰ ਵਿੱਚੋਂ ਰੱਬ ਨਹੀਂ ਕੱਢਿਆ। ਭਗਤ ਧੰਨਾ ਜੀ ਤਾਂ ਸਰਬ ਵਿਆਪੀ ਰੱਬ ਪਰਮਾਤਮਾ ਸਰਗੁਣ ਰੂਪ ਦੇ ਵਿੱਚ ਉਹਨਾਂ ਨੇ ਰੱਬ ਨੂੰ ਪ੍ਰਗਟ ਕੀਤਾ ਹੈ, ਜਿਨ੍ਹਾਂ ਦੇ ਪ੍ਰਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਭਗਤਾਂ ਦੇ ਨਾਮ ਲੈ ਕੇ ਅਖੀਰਲਾ ਬਚਨ ਕਹਿਤਾ, ਇਹ ਵਿਦ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡਭਾਗਾ। ਹੁਣ ਅਸੀਂ ਹੋਰ ਸੰਖੇਪ ਜਾਣਾ ਹੈ। 11ਵਾਂ ਸਥਾਨ ਹੈ ਅਤਿ ਸਤਿਕਾਰਯੋਗ ਭਗਤ ਪੀਪਾ ਜੀ ਦਾ। ਭਗਤ ਪੀਪਾ ਜੀ ਦਾ ਜਨਮ 18/1/1426 ਦਾ ਹੈ। ਇਸ ਭਗਤ ਜੀ ਬਾਰੇ ਵੀ ਜਿੰਨੇ ਵੀ ਸਿੱਖ ਵਿਦਵਾਨ ਜਾਂ ਦੂਸਰੇ ਵਿਦਵਾਨ, ਸਾਰਿਆਂ ਦੀ ਰਾਏ ਤਕਰੀਬਨ ਇਹ ਤਰੀਕ ਦੇ ਉੱਪਰ ਇਹਨਾਂ ਨੇ ਪੱਕੀ ਕੀਤੀ ਹੈ। ਬੜੀ ਖੁਸ਼ੀ ਦੀ ਗੱਲ ਹੈ ਜਦੋਂ ਸਾਰੇ ਵਿਦਵਾਨ ਇੱਕ ਰਾਏ ਕਰ ਲੈਣ ਤਾਂ ਹੋਰ ਵਧੇਰੇ ਖੁਸ਼ੀ ਹੁੰਦੀ ਹੈ। ਭਗਤ ਪੀਪਾ ਜੀ ਦੀਆਂ ਵੀ ਦੇਣਾਂ ਬਹੁਤ ਵੱਡੀਆਂ ਨੇ।
ਉਹਨਾਂ ਨੇ ਜੀਵਨ ਦੀ ਆਰੰਭਤਾ ਕੀਤੀ, ਉਹਨਾਂ ਦੇ ਬੱਚੇ ਪਰਿਵਾਰ, ਭਗਤ ਪੀਪਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ ਪੁਸ਼ਕਰ ਦੀ ਧਰਤੀ ਦੇ ਕੋਲ। ਉਹ ਮਿਲਾਪ ਵੀ ਇੱਕ ਵਿਲੱਖਣ ਸੀ, ਜਿਸ ਮਿਲਾਪ ਨੂੰ ਜਦੋਂ ਤੁਸੀਂ ਪੜ੍ਹੋਗੇ ਹਿਰਦਾ ਗਦਗਦ ਹੋ ਜਾਏਗਾ। ਭਗਤ ਪੀਪਾ ਜੀ ਦਾ ਅਖੀਰਲਾ ਸਮਾਂ ਆਇਆ, ਭਗਤ ਪੀਪਾ ਜੀ ਦਾ ਅਖੀਰਲਾ ਸਮਾਂ ਆਇਆ 29/6/1521। 95 ਕੁ ਸਾਲ ਦੀ ਉਮਰ ਆਪ ਜੀ ਨੇ ਭੋਗ ਕੇ ਸੰਸਾਰ ਵਿੱਚੋਂ ਗਏ ਹਨ। ਇਹਨਾਂ ਤੋਂ ਬਾਅਦ 12ਵੇਂ ਭਗਤ ਆ ਜਾਂਦੇ ਨੇ, ਭਗਤ ਭੀਖਣ ਜੀ। ਇਹਨਾਂ ਪ੍ਰਤੀ ਵੀ ਬਹੁਤ ਲੰਮੀ ਚੌੜੀ ਇਤਿਹਾਸ ਦੀ ਰਿਸਰਚ ਨੂੰ ਵੇਖਣਾ ਪਿਆ, ਬੜੀਆਂ ਸਾਰੀਆਂ ਪੁਸਤਕਾਂ ਦੇਖੀਆਂ। ਬਹੁਤ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਇਹ ਲਿਖ ਦਿੱਤਾ ਜੀ ਅਕਬਰ ਦੇ ਸਮੇਂ ਹੋਏ ਨੇ, ਪਰ ਜਦੋਂ ਇਹਨਾਂ ਦੇ ਇਤਿਹਾਸ ਦੇ ਬਾਰੇ ਸਾਨੂੰ ਪੂਰਨ ਪਤਾ ਲੱਗਾ, ਭਗਤ ਭੀਖਣ ਜੀ ਵੀ ਆਪ ਜੀ ਹਿੰਦੂ ਭਰਾ ਸਨ, ਹਿੰਦੂ ਬਰਾਦਰੀ ਵਿੱਚੋਂ ਸਨ, ਆਪ ਜੀ ਵੀ ਸਨਾਤਨ ਮਤ ਦੇ ਵਿੱਚੋਂ ਸਨ। ਇਹ ਭੁਲੇਖਾ ਮਨ 'ਚੋਂ ਦੂਰ ਕਰ ਦਿਓ। ਜਦੋਂ ਅਸੀਂ ਇਹਨਾਂ ਦੀ ਕਿਤਾਬ ਦਾ ਸੰਪੂਰਨ ਰੂਪ ਦਿੱਤਾ, ਸਾਨੂੰ ਪਤਾ ਲੱਗਿਆ ਅਗਰਵਾਲ, ਜੈਸਵਾਲ ਔਰ ਸਬਰਵਾਲ, ਇਹ ਸਾਰੀਆਂ ਬਰਾਦਰੀਆਂ ਭਗਤ ਭੀਖਣ ਜੀ ਦੀਆਂ ਹਨ, ਇਹ ਸਾਰੇ ਇਹਨਾਂ ਦੇ ਬੱਚੇ ਹਨ। ਪਰ ਅੱਜ ਅਸੀਂ ਕੌਮ ਦੇ ਵਿੱਚ ਇਹਨਾਂ ਨੂੰ ਆਪਣੀ ਗਲਵੱਕੜੀ ਵਿੱਚ ਨਹੀਂ ਲੈ ਸਕ ਰਹੇ, ਅਸੀਂ ਦੂਰ ਕਰ ਰਹੇ ਹਾਂ। ਆਪ ਹੀ ਆਪਣੇ ਪਿਤਾ ਨੂੰ ਛੱਡ ਕੇ ਦੂਸਰੇ ਦੇ ਮਗਰ ਆਪ ਹੀ ਤੁਰੇ ਫਿਰਦੇ ਹਾਂ। ਇਸ ਵਾਸਤੇ ਕੁਝ ਸਮਾਂ ਆਏਗਾ ਜਦੋਂ ਸਿੱਖ ਵਿਦਵਾਨ ਇਹਨਾਂ ਦੇ ਜੀਵਨ ਦੀਆਂ ਕਿਤਾਬ 'ਚੋਂ ਪੜ੍ਹ ਕੇ ਬੋਲਣਗੇ, ਆਪ ਜੀ ਦਾ ਮਨ ਗਦਗਦ ਹੋਏਗਾ। ਹੋਰ ਸੰਖੇਪ 'ਚ ਲੈ ਜਾਈਏ, 13ਵੇਂ ਸਥਾਨ 'ਤੇ ਹਨ ਭਗਤ ਬੇਣੀ ਜੀ। ਚਾਹੇ ਅਸੀਂ ਵੀ ਜੀਵਨ ਬੋਰਿਆਂ ਵਿੱਚ ਉਹਨਾਂ ਨੂੰ ਬ੍ਰਾਹਮਣ ਸੀ ਲਿਖਿਆ, ਪਰ ਜਦੋਂ ਹੁਣ ਕਿਤਾਬ ਲਿਖਣ ਦਾ ਸਮਾਂ ਆਇਆ, ਲੰਮੀ ਚੌੜੀ ਖੋਜ ਹੋਈ, ਆਪ ਜੀ ਘੁਮਾਰ ਘੁਮਿਆਰ ਬਰਾਦਰੀ 'ਚੋਂ ਸਨ, ਉਹਨਾਂ ਦਾ ਦੇਣਾ ਬਹੁਤ ਵੱਡੀਆਂ ਹਨ। ਉਹਨਾਂ ਦਾ ਵੀ ਜਨਮ 22/2/1450 ਦਾ ਹੈ ਔਰ ਸੰਸਾਰ 'ਚੋਂ ਜਾਣ ਦਾ ਸਮਾਂ 6/11/1535 ਦਾ ਹੈ। ਕੁੱਲ ਉਮਰ ਉਹਨਾਂ ਦੀ 85 ਕੁ ਸਾਲ ਦੀ ਸੰਸਾਰ ਵਿੱਚ ਹੋਈ ਹੈ। 14ਵੇਂ ਸਥਾਨ 'ਤੇ ਹਨ ਭਗਤ ਪਰਮਾਨੰਦ ਜੀ। ਜਦੋਂ ਭਗਤ ਪਰਮਾਨੰਦ ਜੀ ਦਾ ਇਤਿਹਾਸ ਅਸੀਂ ਬਹੁਤ ਗਹੁ ਨਾਲ ਵਾਚਨਾ ਕੀਤਾ, ਆਪ ਜੀ ਦਾ ਵਿਆਹ ਨਹੀਂ ਹੋਇਆ ਭਗਤ ਪਰਮਾਨੰਦ ਜੀ ਦਾ। ਭਗਤ ਪਰਮਾਨੰਦ ਜੀ ਦੀਆਂ ਦੇਣਾਂ ਬਹੁਤ ਵੱਡੀਆਂ ਹਨ ਔਰ ਉਹਨਾਂ ਨੇ ਵੱਡੇ ਵੱਡੇ ਮੰਦਰਾਂ 'ਚ ਜਾ ਕੇ ਉਹਨਾਂ ਦੇ ਪੰਡਤਾਂ ਦੇ ਨਾਲ ਬੈਠ ਬੈਠ ਕੇ ਪੂਰੇ ਵਾਰਤਾਲਾਪ ਕਰਕੇ ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਬੜਾ ਕੀਮਤੀ ਇਤਿਹਾਸ ਹੈ ਇਹਨਾਂ ਦਾ। ਇਹਨਾਂ ਦਾ ਜਨਮ 22/5/1483 ਦਾ ਹੈ ਔਰ ਸੰਸਾਰ 'ਚੋਂ ਜਾਣ ਦਾ ਸਮਾਂ ਹੈ 25/3/1581। ਆਪ ਜੀ ਨੇ 98 ਕੁ ਸਾਲ ਦੀ ਆਰਬਲਾ ਸੰਸਾਰ ਵਿੱਚ ਭੋਗਣੀ ਕੀਤੀ ਹੈ। ਸਭ ਤੋਂ ਅਖੀਰਲੇ ਭਗਤ ਆ ਜਾਂਦੇ ਨੇ ਮਦਨ ਮੋਹਨ ਸੂਰਦਾਸ। ਸੂਰਦਾਸ ਜੀ ਦਾ ਇਤਿਹਾਸ ਮੈਂ ਉਹਨਾਂ ਦਾ ਜਨਮ ਪਹਿਲੋਂ ਬੋਲ ਦੇਵਾਂ ਤਾਂ ਕਿ ਆਪ ਜੀ ਦੀ ਸੁਰਤੀ ਅੰਦਰ ਪ੍ਰਕਾਸ਼ਮਾਨ ਹੋ ਜਾਵੇ। ਭਗਤ ਸੂਰਦਾਸ ਜੀ ਦਾ ਜਨਮ 13/2/1485 ਦਾ ਹੈ। ਆਪ ਜੀ ਦਾ ਅਕਾਲ ਚਲਾਣਾ ਸੰਸਾਰ 'ਚੋਂ ਜਾਣ ਦਾ ਸਮਾਂ ਹੈ 28/5/1575। 90 ਕੁ ਸਾਲ ਦੀ ਉਮਰ ਆਪ ਜੀ ਨੇ ਸੰਸਾਰ ਵਿੱਚ ਭੋਗਣੀ ਕੀਤੀ ਹੈ। ਭਗਤ ਸੂਰਦਾਸ ਜੀ ਦੇ ਪ੍ਰਤੀ ਵੀ ਜਦੋਂ ਅਸੀਂ ਭਗਤਮਾਲਾ ਵਾਲੇ ਵੀਰਾਂ ਨੂੰ ਅਤੇ ਕਈ ਸਾਰੇ ਉਹਨਾਂ ਤੋਂ ਨਕਲਾਂ ਮਾਰਨ ਵਾਲੇ ਵੀਰਾਂ ਨੂੰ ਪੜ੍ਹਿਆ ਅਤੇ ਉਹਨਾਂ ਨੇ ਉਹਨਾਂ ਪ੍ਰਤੀ ਜੋ ਸੰਦੇਸ਼ ਦਿੱਤੇ, ਭਗਤ ਮਦਨ ਮੋਹਨ ਜੀ ਸੂਰਦਾਸ ਜੀ ਆਪਣੀ ਜ਼ਿੰਦਗੀ ਦੇ ਕਰੀਬਨ 60 ਸਾਲ ਤੱਕ ਅੱਖਾਂ ਦੇ ਨਾਲ ਸੰਸਾਰ ਵਿੱਚ ਵਿਚਰੇ ਨੇ।
62 ਸਾਲ ਦੀ ਉਮਰ ਤੱਕਰ ਉਹਨਾਂ ਦੇ ਅੱਖਾਂ ਦੀ ਜੋਤ ਸੀ ਅਤੇ ਇਹਨਾਂ ਨੇ ਸੂਰਦਾਸ ਜਨਮ ਤੋਂ ਹੀ ਬਣਾ ਕੇ ਉਹਨਾਂ ਨੂੰ ਜਵਾਨ ਕੀਤਾ ਅਤੇ ਜਵਾਨ ਕਿਸੇ ਇਸਤਰੀ ਨੂੰ ਉਹ ਮੂਹਰੇ ਖੜਾ ਕਰਕੇ ਉਹਦੇ 'ਤੇ ਮਨ ਇਹਨਾਂ ਦਾ ਲੁਭਾਏ ਮਨ ਕਰਦੇ ਆ ਅਤੇ ਇਸਤਰੀ ਨੂੰ ਕਹਿੰਦੇ ਆ ਤੂੰ ਮੇਰੀਆਂ ਅੱਖਾਂ ਵਿੱਚ ਤੱਕਲੇ ਮਾਰ, ਜਿਹੜਾ ਕਦੇ ਵੀ ਕੁਝ ਨਹੀਂ ਹੋ ਸਕਦਾ। ਅਸੀਂ ਜਦੋਂ ਇਹਨਾਂ ਦਾ ਵੀ ਇਤਿਹਾਸ ਕੱਢਿਆ ਅਤੇ ਸਾਨੂੰ ਪਤਾ ਲੱਗਿਆ 4 ਸੂਰਦਾਸ ਅਸੀਂ ਲਿਖਣੇ ਕੀਤੇ ਹਨ। 4 ਸੂਰਦਾਸਾਂ ਦਾ ਸੰਖੇਪ ਤੌਰ ਦੇ ਉੱਪਰ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੂਰਦਾਸ ਜੀ ਦੇ 2 ਸ਼ਬਦ ਆਏ ਨੇ, ਕਿਤੇ ਮੈਂ ਅਗਲੀ ਹੋਰ ਐਪੀਸੋਡ ਵਿੱਚ ਜਾਂ ਜਦੋਂ ਲੜੀਵਾਰ ਇਹਨਾਂ ਦਾ ਇਤਿਹਾਸ ਚੱਲੇਗਾ ਉਹ ਦੋਨਾਂ ਸ਼ਬਦਾਂ ਦਾ ਜ਼ਿਕਰ ਆਪ ਜੀ ਦੇ ਨਾਲ ਕਰਾਂਗੇ। ਪਰ ਜੋ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਉਸ ਵਿੱਚ ਇੱਕ ਹੀ ਪੰਗਤੀ ਸੂਰਦਾਸ ਜੀ ਦੀ ਲਿਖੀ ਮਿਲਦੀ ਹੈ, ਛੋੜ ਮਨ ਬੇਮੁੱਖਨ ਕੋ ਸੰਗ, ਇੱਕੋ ਹੀ ਪੰਗਤੀ ਸਾਨੂੰ ਪ੍ਰਾਪਤ ਹੁੰਦੀ ਹੈ। ਪਰ ਆਪ ਜੀ ਦੇ 2 ਸ਼ਬਦ ਸਨ, ਇਹਨਾਂ ਦਾ ਕਿਵੇਂ ਗੁਰੂ ਘਰ 'ਚ ਆਉਣਾ ਹੋਇਆ, ਕਿਵੇਂ ਗੁਰੂ ਘਰ ਵਿੱਚ ਇਹਨਾਂ ਦਾ ਆ ਕੇ ਇਹਨਾਂ ਨੇ ਗੁਰਸਿੱਖੀ ਦੀ ਦਾਤ ਲਈ, ਕਿਵੇਂ ਗੁਰੂ ਅਮਰਦਾਸ ਜੀ ਨਾਲ ਮਿਲਾਪ ਹੁੰਦਾ, ਕਿਵੇਂ ਗੁਰੂ ਸਾਹਿਬਾਂ ਜੀ ਨਾਲ ਇਹਨਾਂ ਦਾ ਮਿਲਾਪ ਹੁੰਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਕਿਤਾਬ ਦੇ ਵਿੱਚ ਕਰਨਾ ਕੀਤਾ ਹੈ। ਸਤਿਗੁਰੂ ਜੀ ਮਿਹਰ ਕਰਨ, ਬਖਸ਼ਿਸ਼ ਕਰਨ, ਤੁਹਾਡਾ ਸਾਡਾ ਇਹ ਸਾਥ। ਅਸੀਂ 15 ਦੇ 15 ਭਗਤਾਂ ਦੇ ਉੱਪਰ ਇੱਕ ਇੱਕ ਐਪੀਸੋਡ ਤਿਆਰ ਕਰਕੇ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇਹ ਸਾਡਾ ਕੇਵਲ ਜਾਣਕਾਰੀ ਵਾਸਤੇ ਹੀ ਦਿੱਤਾ ਸੀ ਕਿ 15 ਭਗਤਾਂ 'ਤੇ ਤਵਾਰੀਖ 15 ਭਗਤ ਜੋ ਕਿਤਾਬ ਤਿਆਰ ਕੀਤੀ ਹੈ ਉਸ ਦੇ ਅੰਦਰ ਅਸੀਂ 15 ਦੇ 15 ਭਗਤਾਂ ਦਾ ਵੇਰਵਾ ਪਾਇਆ ਹੈ। ਇਹ 15 ਦੇ 15 ਭਗਤਾਂ ਦੇ ਜਨਮ, ਉਹਨਾਂ ਦੇ ਫਿਰ ਪੜ੍ਹਾਈ, ਗੁਰੂ ਧਾਰਨ ਕਰਨਾ, ਫਿਰ ਉਹਨਾਂ ਦੇ ਵਿਆਹ, ਉਹਨਾਂ ਦੇ ਬੱਚੇ, ਉਹਨਾਂ ਦੇ ਬੱਚਿਆਂ ਨੇ ਵੀ ਬਹੁਤ ਕੁਛ ਦੇਣਾ ਦਿੱਤੀਆਂ ਨੇ, ਉਹਨਾਂ ਦੇ ਘਰ ਵਾਲੀਆਂ ਨੇ ਵੀ ਬਹੁਤ ਸਾਰੀਆਂ ਦੇਣਾ ਦਿੱਤੀਆਂ ਨੇ, ਅਤੇ ਉਹਨਾਂ ਦੇ ਅੱਗੇ ਜੀਵਨ ਦਾ ਅਖੀਰਲਾ ਸਮਾਂ ਕਿੱਥੇ ਆਇਆ, ਫਿਰ ਗੁਰਬਾਣੀ ਅਤੇ ਇਤਿਹਾਸ ਦੋਨਾਂ ਨੂੰ ਵੀ ਮਿਲਾਉਣ ਦਾ ਯਤਨ ਕੀਤਾ ਹੈ। ਵੀ ਗੁਰਬਾਣੀ ਅਤੇ ਇਤਿਹਾਸ ਇੱਕ ਇਸ ਕਿਤਾਬ ਦੇ ਵਿੱਚ ਖਾਸੀਅਤ ਹੈ, ਅਸੀਂ ਕੋਈ ਵੀ ਮਨ ਘਾੜਤ ਕਹਾਣੀ ਜਾਂ ਕਿਸੇ ਦੀ ਸੋਚੀ ਸਮਝੀ ਕਹਾਣੀ ਨਹੀਂ ਲਿਖਣ ਦਾ ਜ਼ਿਕਰ ਕੀਤਾ। ਇਸ ਦੇ ਵਿੱਚ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸੱਚ ਦੇ ਬਿਲਕੁਲ ਕੋਲੇ ਲਿਖਿਆ ਜਾਵੇ, ਸੱਚ ਨੂੰ ਸਮਝ ਕੇ ਲਿਖਿਆ ਜਾਵੇ। ਬਾਕੀ ਤਾਂ ਗੁਰੂ ਸਾਹਿਬ ਜੀ ਆਪ ਮਿਹਰ ਕਰਨ ਤਾਂ ਹੀ ਕੋਈ ਮਨੁੱਖ ਇਹ ਸੇਵਾ ਕਰ ਸਕਦਾ ਹੈ। ਜੇ ਮੈਂ ਕਹਾਂ ਕਿ ਜੋ ਮੈਂ ਕਿਤਾਬ 'ਚ ਲਿਖਿਆ ਬਿਲਕੁਲ ਸੱਚ ਲਿਖਿਆ, ਨਹੀਂ, ਮੇਰੇ ਕੋਲੋਂ ਵੀ ਭੁੱਲ ਹੋ ਸਕਦੀ ਹੈ, ਕਿਉਂਕਿ ਇਸ ਦੇ ਉੱਪਰ ਕੋਈ ਮਾਣ ਨਹੀਂ। ਇੱਥੇ ਇੱਕ ਵਚਨ ਜੋੜ ਕੇ ਮੈਂ ਗੱਲ ਨੂੰ ਸਮਾਪਤ ਵਿੱਚ ਲੈ ਜਾਣਾ ਹੈ। ਉਹ ਗੱਲ ਇਹ ਜੋੜਨੀ ਚਾਹੁੰਦਾ ਹਾਂ, ਕੋਈ ਸਮਾਂ ਸੀ ਅਸੀਂ ਵੀ ਭਗਤਮਾਲਾ ਵਾਲੇ ਉਹੀ ਕਹਾਣੀਆਂ ਸੁਣਾਉਂਦੇ ਸਾਂ, ਪਰ ਜਦੋਂ ਪਤਾ ਲੱਗਿਆ ਕਿ ਭਗਤਾਂ ਦਾ ਜੀਵਨ ਕੁਝ ਹੋਰ ਹੈ ਅਤੇ ਅਸੀਂ ਬੋਲੀ ਕੁਝ ਹੋਰ ਜਾਂਦੇ ਹਾਂ, ਕਈ ਵੀਰਾਂ ਨੂੰ ਰੋਕਣਾ ਅਤੇ ਉਹਨਾਂ ਵੀਰਾਂ ਨੇ ਕਹਿਣਾ ਸੱਚਾ ਇਤਿਹਾਸ ਕਿਹੜਾ ਸਾਨੂੰ ਦਿਓ, ਅਤੇ ਉਦੋਂ ਕੋਲੇ ਨਹੀਂ ਸੀ ਹੈ। ਹੁਣ ਅਸੀਂ ਉਹਨਾਂ ਵੀਰਾਂ ਨੂੰ ਆਖ ਸਕਾਂਗੇ, ਵੀਰੋ ਆਹ ਲਓ ਤਵਾਰੀਖ 15 ਭਗਤ, ਇਹਨੂੰ ਇੱਕ ਵਾਰੀ ਪੜ੍ਹੋ ਅਤੇ ਤੁਹਾਨੂੰ ਸਾਰੇ ਭਗਤਾਂ ਦੀ ਜਾਣਕਾਰੀ ਹੋ ਜਾਏਗੀ। ਇੱਥੇ ਮੈਂ ਬਚਨਾਂ ਨੂੰ ਵਿਸਰਾਮ ਦਿੰਦਿਆਂ ਹੋਇਆਂ ਸਰਬ ਸਾਂਝੀ ਗੁਰਬਾਣੀ ਦੇ ਇਹ ਉਪਰਾਲੇ ਦੁਆਰਾ ਤੁਹਾਡੇ ਨਾਲ ਅੱਜ ਸਾਡਾ ਸੰਪਰਕ ਹੋ ਰਿਹਾ ਹੈ। ਇਹ ਹੌਲੀ ਹੌਲੀ ਸਹਿਜੇ ਸਹਿਜੇ, ਜਿਵੇਂ 5 ਪਿਆਰੇ ਨੇ, 11 ਪਾਠ ਸਾਹਿਬਾਨ ਨੇ, 4 ਸਿੱਖ ਨੇ, 15 ਭਗਤ ਨੇ, ਇਹਨਾਂ ਨੂੰ ਲੜੀਵਾਰ ਆਪ ਜੀ ਦੇ ਨਾਲ ਫਿਰ ਅੱਗੇ ਸਮਾਂ ਆਏਗਾ, ਗੁਰੂ ਸਾਹਿਬ ਸੇਵਾ ਲੈ ਲੈਣ ਅਤੇ ਆਪ ਜੀ ਨੂੰ ਬੈਠ ਕੇ ਸਰਵਣ ਕਰਨ ਦੀ ਸੇਵਾ ਮਿਲ ਜਾਏ, ਔਰ ਆਪ ਜੀ ਨੇ ਇਹ ਸਾਡਾ ਐਪੀਸੋਡ ਆਪ ਵੀ ਸੁਣਨਾ, ਹੋਰ ਵੀ ਆਪਣੇ ਦੋਸਤਾਂ ਸੱਜਣਾਂ ਮਿੱਤਰਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ। ਇੱਥੇ ਮੈਂ ਬਚਨਾਂ ਨੂੰ ਵਿਸਰਾਮ ਦਿੰਦਿਆਂ ਪਿਆਰ ਔਰ ਅਦਬ ਦੇ ਨਾਲ ਸਾਰੇ ਹੀ ਵੀਰਾਂ ਨੂੰ ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।